ਅਸਲਾਮ ਵਾਲੇਕਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦੁਲ ਵਾਖਦ ਦੋਸਤੋ ਮਾਸ਼ਾਅੱਲਾ ਤੁਹਾਡੇ ਵਾਸਤੇ 42 ਏਕੜ ਬਹੁਤ ਅੱਛੀ ਬਹੁਤ ਹੀ ਬਿਹਤਰੀਨ ਇਜ਼ਰਾਈ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਤੁਹਾਨੂੰ ਇਹ ਬੜੀ ਪਸੰਦ ਆਵੇਗੀ ਜ਼ਿਲ੍ਹਾ ਬਹਾਵਲ ਨਗਰ ਤਹਿਸੀਲ ਮਿੰਚਨਾਬਾਦ ਮਿੰਚਨਾਬਾਦ ਤੇ ਹੈਡ ਸੁਲੇਮਾਨ ਕੀ ਦਰਮਿਆਨ ਚ ਦੋਸਤੋ ਹੈਡ ਸੁਲੇਮਾਨ ਕੀ ਬੜਾ ਮਸ਼ਹੂਰ ਹੈ ਪਰ ਉਹਨੂੰ ਪਤਾ ਹੈ ਕਿ ਹੈਡ ਸੁਲੇਮਾਨ ਕੀ ਤੇ ਮਿੰਚਨਾਬਾਦ ਦੋਵਾਂ ਦੇ ਦਰਮਿਆਨ ਦੇ ਵਿੱਚ ਇਹ ਲਿੰਕ ਰੋਡ ਦੇ ਉੱਪਰ ਮਾਸ਼ਾਅੱਲਾ ਇੰਦਾ 4 ਏਕੜ ਦਾ ਫਰੰਟ ਹੈ ਤੇ ਮੇਨ ਰੋਡ ਤੋਂ ਸਿਰਫ 4 ਕਿਲੋਮੀਟਰ ਦੋਸਤੋ ਮੇਨ ਰੋਡ ਤੋਂ 4 ਕਿਲੋਮੀਟਰ ਤੇ ਲਿੰਕ ਰੋਡ ਦੇ ਉੱਪਰ ਇੰਦਾ 4 ਏਕੜ ਦਾ ਫਰੰਟ ਹੈਗਾ ਦੋਸਤੋ 42 ਏਕੜ ਜ਼ਮੀਨ ਹੈ ਦੋ ਟਿਊਬਲ ਮੌਜੂਦ ਨੇ ਬਿਲਕੁਲ ਸ਼ਰਤੀਆ ਮਿੱਠਾ ਪਾਣੀ ਹੈ ਇਹ ਮਿੱਠੇ ਪਾਣੀ ਵਾਲੀ ਜ਼ਮੀਨ ਹੈ ਮੋਕੇ ਤੇ ਚੋਨਾ ਮੌਜੂਦ ਹੈ ਤੁਸੀਂ ਇੱਥੇ ਕੋਈ ਫਸਲ ਵੀ ਕਾਸ਼ਤ ਕਰ ਸਕਦੇ ਜੀ ਇਸ ਤੋਂ ਇਲਾਵਾ ਆਪਾਂ ਬਰਾਵਨ ਥੋੜਾ ਜਿਹਾ ਦਿਖਾਣੇ ਨੇ ਕਰੀਬ ਜਾ ਕੇ ਇਹਦੇ ਵਿੱਚ ਪਟੋਲ ਪੰਪ ਵੀ ਹੈਗਾ ਲੇਕਿਨ ਦੋਸਤੋ ਪਟੋਲ ਪੰਪ ਐਸੀ ਮਾਲਕ ਦਾ ਜਿੰਦੀ ਜ਼ਮੀਨ ਹੈਗੀ ਇਹ ਲੇਕਿਨ ਪਟੋਲ ਪੰਪ ਦੀ ਕੀਮਤ ਅਲੱਗ ਹੋਵੇਗੀ ਇਹ 42 ਏਕੜ ਜ਼ਮੀਨ ਹੈ ਸਾਹਮਣੇ ਲੱਗਿਆ 12 ਟਿਊਬਲ ਤੇ ਬਰਾਵਨ ਦਿਖਾ ਰਹੇ ਆ ਕਿ ਬੋਰ ਹੋਇਆ ਇੱਥੇ ਬਿਜਲੀ ਤੇ ਕਿ ਦੋ ਟਿਊਬਲ ਨੇ ਬਿਜਲੀ ਮੌਕੇ ਤੇ ਮੌਜੂਦ ਹੈ ਜਾਂ ਦੂਸਰੋਂ ਟਿਊਬਵਾਲੇ ਉਹ ਥੋੜਾ ਜਿਹਾ ਅੱਗੇ ਜਾ ਕੇ ਆਂਦਾ ਹੈ ਦੋਸਤੋ ਆਪਣੀ ਜ਼ਮੀਨ ਸਰ ਹੋਏਗੀ ਐਸ ਸਾਈਡ ਤੇ ਐਸ ਸਾਈਡ ਤੇ 1.5 ਸਾਈਡ ਤੇ ਪਟਰੋਲ ਪੰਪ ਤੇ ਜਿਹੜੀ ਦੂਸਰੀ ਸਾਈਡ ਪਰੌਣ ਵੇਸਾ ਦਿਖਾਈ ਹੈ ਮੈਂ ਕਿ ਮੱਕੀ ਕਾਸ਼ਤ ਕੀਤੀ ਹੋਈ ਨਾਲ ਇੱਥੇ ਮੱਕੀ ਵੀ ਆਪਾਂ ਕਾਸ਼ਤ ਕਰ ਸਕਨੇ ਆ ਕਮਾਣ ਵੀ ਕਾਸ਼ਤ ਕਰ ਸਕਨੇ ਆ ਇੱਥੇ ਆਪਾਂ ਹਰ ਫਸਲ ਕਾਸ਼ਤ ਕਰ ਸਕਨੇ ਆ ਆ ਵੇਖੋ ਦੋਸਤੋ ਇੱਕ ਟਿਊਬਵਲ ਇਹ ਮੌਜੂਦ ਹੈ ਤੇ ਦੂਸਰਾ ਟਿਊਬਵਲ ਥੋੜਾ ਜਿਆਦਾ ਐਸ ਸਾਈਡ ਤੇ ਅੱਗੇ ਜਾ ਕੇ ਆਂਦਾ ਹੈ ਲੇਕਿਨ ਦੋ ਟਿਊਬਵਲ ਮੌਜੂਦ ਨੇ ਬਿਲਕੁਲ ਮਿੱਠਾ ਪਾਣੀ ਹੈ ਬਿਜਲੀ ਮੌਕੇ ਤੇ ਮੌਜੂਦ ਹੈ ਤੇ 6 ਮਹੀਨੇ ਨਰੀ ਪਾਣੀ ਦੋਸਤੋ ਇਹ ਜ਼ਮੀਨ ਨੂੰ 6 ਮਾ ਦਾ ਨਰੀ ਪਾਣੀ ਹੈ ਇਹ ਪਰਮਣ ਦਿਖਾ ਰਿਹਾ ਮੈਂ ਆਪਾਂ ਆ ਗਏ ਪٹرول ਪੰਪ ਤੇ ਦੋਸਤੋ ਇਹ ਪٹرول ਪੰਪ ਵੀ ਇਸੇ ਮਾਲਕ ਦਾ ਹੀ ਹੈ ਆ ਵੇਖੋ ਦੋਸਤੋ ਪਰਮਣ ਦੇ ਸਾਹਮਣੇ ਆਪਾਂ ਦਿਖਾ ਰਹੇ ਪٹرول ਪੰਪ ਦੋਸਤੋ ਇੱਕ ਹੀ ਮਾਲਕ ਦੀ ਜ਼ਮੀਨ ਹੈ ਤੇ ਉਸ ਮਾਲਕ ਦਾ ਹੀ ਪٹرول ਪੰਪ ਹੈ ਲੇਕਿਨ ਪٹرول ਪੰਪ ਦੀ ਡਿਮਾਂਡ ਅਲੱਗ ਏ ਤੇ ਜ਼ਮੀਨ ਦੀ ਡਿਮਾਂਡ ਅਲੱਗ ਏ ਆਪਾਂ ਪٹرول ਪੰਪ ਵੱਖਰਾ ਵੀ ਲੈ ਸਕਨੇ ਆ ਤਾਂ ਪਾਸ ਜ਼ਮੀਨ ਵੱਖਰੀ ਲੈ ਸਕਨੇ ਆ ਦੋਹਾਂ ਚੀਜ਼ਾਂ ਆਪਾਂ ਇਕੱਠੀਆਂ ਵੀ ਲੈ ਸਕਨੇ ਆ ਦੋਸਤੋ ਆਪਾਂ ਕੱਲੀ ਜ਼ਮੀਨ ਦੀ ਗੱਲ ਕਰੀਏ ਤੇ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ 15 ਲੱਖ ਰੁਪਇਆ فی ਏਕੜ ਦੇ حساب ਨਾਲ ਦੋਸਤੋ 15 ਲੱਖ ਰੁਪਇਆ ਜ਼ਮੀਨ ਦੀ ਡਿਮਾਂਡ ਹੈ فی ਏਕੜ ਦੇ حساب ਨਾਲ 42 ਏਕੜ ਜ਼ਮੀਨ ਹੈ ਕਮੀ ਪੇਸ਼ੀ ਪਿਆਰ ਮੁਹੱਬਤ ਤੋਂ ਡਿਮਾਂਡ ਦੇ ਵਿੱਚੋਂ ਹੋ ਜਾਏਗਾ ਜਿਹੜਾ ਪ੍ਰਾਵਣ ਆਪਾਂ ਦਿਖਾ ਰਹੇ ਆ ਪਟੋਲ ਪੰਪ ਦੋਸਤੋ ਉਹਦੀ ਡਿਮਾਂਡ ਕੀਤੀ ਹੈ ਮਾਲਕ ਨੇ 1 ਕਰੋੜ 10 ਲੱਖ ਰੁਪਇਆ ਦੋਸਤੋ ਪਟੋਲ ਪੰਪ ਦੀ ਡਿਮਾਂਡ ਹੈਗੀ 1 ਕਰੋੜ ਤੇ 10 ਲੱਖ ਰੁਪਇਆ ਇਹਦੇ ਵਿੱਚੋਂ ਵੀ ਕਮੀ ਪੇਸ਼ੀ ਪਿਆਰ ਮੁਹਬਤ ਹੋ ਜਾਏਗਾ ਦੋਸਤੋ ਨੀਚੇ ਦਾ ਪਾਣੀ ਬਿਲਕੁਲ ਮਿੱਠਾ ਹੈ ਤੇ ਛੇ ਮਾ ਦਾ ਨੇਰੀ ਪਾਣੀ ਜਿਹੜੇ ਗੱਲਾਂ ਭਰਾਵਾਂ ਨਾਲ ਕਰਾਂਗੇ ਉਹ ਆਪਣੀ ਗਰੰਟੀ ਹੁੰਦੀ ਹੈ ਕੋਈ ਕੋਈ ਕੁਝ ਮਰਜ਼ੀ ਕਹਦਾ ਰਵੇ ਆਪਣਾ ਦਫ਼ਤਰ ਹੈਗਾ ਆਪਣਾ ਆਫਿਸ ਹੈਗਾ ਆਰਫਲ ਅਸ਼ਰ ਚ ਆਪਾਂ ਬਗਾ ਦਾ ਕੰਮ ਕਰ ਰਹੇ ਆਂ ਆਪਾਂ ਵੀਡੀਓ ਨਹੀਂ ਚਲਾ ਰਹੇ ਆਂ ਆਪਾਂ ਜ਼ਮੀਨਾਂ ਅੱਲਾ ਦਾ ਬੜਾ ਸ਼ੁਕਰ ਆਪਾਂ ਜ਼ਮੀਨਾਂ ਸੇਲ ਕਰ ਰਹੇ ਆਂ ਦੋਸਤੋ ਆਰਫਲ ਅਸ਼ਰ ਕਮਰਾਂਵਲਾ ਚੌਕ ਉੱਥੇ ਆਪਣਾ ਆਫਿਸ ਹੈਗਾ ਤੁਸੀਂ ਇੱਥੇ ਆਪਰੇ ਬੈਠ ਕੇ ਆਪਣ ਨਾਲ ਗੱਲਬਾਤ ਕਰ ਸਕਦੇ ਜੀ ਆਪਣਾ WhatsApp ਨੰਬਰ 24 ਘੰਟੇ ਔਨ ਹੁੰਦਾ ਹੈ ਤੁਹਾਨੂੰ ਭਰਾਵਾਂ ਨੂੰ ਆਪਣਾ WhatsApp ਨੰਬਰ ਇਹ ਪਾਈ ਸ਼ਫਕਤ ਸਾਹਿਬ ਜਿਹੜੇ ਕਿ ਆਪਣੇ ਨਾਲ ਕੰਮ ਕਰਦੇ ਨੇ ਤੋਂ ਉਹਨਾਂ ਦਾ WhatsApp ਨੰਬਰ ਵੀ ਸਾਹਮਣੇ ਸਕਰੀਨ ਤੇ ਨਜ਼ਰ ਆ ਜਾਏਗਾ ਤੋਂ ਉਹਨੂੰ ਮੇਰਾ ਨੰਬਰ ਵੀ ਸਾਹਮਣੇ ਸਕਰੀਨ ਤੇ ਨਜ਼ਰ ਆ ਜਾਏਗਾ ਤੁਸੀਂ ਕਿਸੇ ਵੀ ਟਾਈਮ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਜੀ ਵਾਇਸ ਮੈਸੇਜ ਕਰ ਸਕਦੇ ਜੀ ਦੋਸਤੋ WhatsApp ਆਪਣੀ 24 ਘੰਟੇ ਔਨ ਹੁੰਦੀ ਹੈ ਦੋਸਤੋ ਹੁਣ ਅੱਪ ਗੱਲ ਕਰਾਂਗੇ ਠੇਕੇ ਦੀ ਦੋਸਤੋ ਇਸ ਏਰੀਏ ਚ ਠੇਕਾ ਚੱਲਦਾ ਪਿਆ ਫੀ ਏਕੜ ਦਾ ਸਾਬ ਨਾਲ 50000 ਤੋਂ ਲੈ ਕੇ 60000 ਤੱਕ ਕਿਸੇ ਜ਼ਮੀਨ ਦਾ 50000 ਕਿਸੇ ਦਾ 55 ਤੇ ਕਿਸੇ ਦਾ 60000 ਹੈ ਜਿਹੜੀ ਲਿੰਕ ਰੋਡ ਦੇ ਉੱਪਰ ਆ ਜਾਂਦੀ ਜਿਵੇਂ ਕਿ ਇਹ ਜ਼ਮੀਨ ਹੈਗੀ ਲਿੰਕ ਰੋਡ ਦੇ ਉੱਪਰ ਹੈਗੀ ਏ ਦੋਸਤੋ ਉਹਦਾ ਠੇਕਾ ਚੱਲਦਾ ਪਿਆ 60000 ਰੁਪਿਆ ਤੇ ਦੋਸਤੋ ਕੋਈ ਵੀ ਗੱਲ ਬਾਤ ਮਜ਼ੀਦ ਰਹੇਗੀ ਹੋਵੇ ਤੁਸੀਂ ਆਪਾਂ ਨੂੰ ਵਟਸਐਪ ਤੇ ਰਾਬਤਾ ਕਰਕੇ ਪੁੱਛ ਸਕਦੇ ਜੀ ਆ ਤੁਹਾਨੂੰ ਪਰਮਾਉਨ ਨੂੰ ਸੇਧ ਦਿਖਾਣਾ ਕਿ ਵੇਖੋ ਸਾਹਮਣੇ ਪٹرول ਪੰਪ ਤੇ ਪٹرول ਪੰਪ ਦੀ ਡਿਮਾਂਡ ਆਪਾਂ ਅਲੱਗ ਕੀਤੀ ਏ ਤੇ ਜ਼ਮੀਨ ਦੀ ਡਿਮਾਂਡ ਆਪਾਂ ਅਲੱਗ ਕੀਤੀ ਏ ਆਪਾਂ ਪٹرول ਪੰਪ ਅਲੱਗ-ਅਲੱਗ ਕਰਨੇ ਆ ਆਪਾਂ ਜ਼ਮੀਨ ਅਲੱਗ-ਅਲੱਗ ਕਰਨੇ ਆ ਜਾਂ ਫਿਰ ਆਪਾਂ ਦੋਵੇਂ ਚੀਜ਼ਾਂ ਇਕੱਠੀਆਂ ਵੀ ਲੈ ਸਕਦੇ ਆ ਤੇ ਦੋਸਤੋ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜੁਕਮੈਂਟਸ ਲੈ ਕੇ ਭੇਜੋ ਕਿਉਂਕਿ ਦੋਸਤੋ ਇਹ ਆਪਣੀ ਗਾਰੰਟੀ ਆ ਆਪਾਂ ਤੁਹਾਨੂੰ ਪਰਮਾਉਨ ਉਹ ਚੀਜ਼ ਦਿਖਾਣੇ ਆ ਜਿਹੜੀ ਕਿ ਬਿਲਕੁਲ ориجنલ ਹੋਵੇ ਛੋਟੀ ਵੀਡੀਓ ਆਪਣੇ YouTube ਚੈਨਲ ਤੇ ਫੇਕ ਵੀਡੀਓ ਤੁਹਾਨੂੰ ਆਪਣੇ YouTube ਚੈਨਲ ਤੇ ਨਹੀਂ ਮਿਲੇਗੀ ਤੁਸੀਂ ਤਸਲੀਨਾ ਵੀਡੀਓ ਵੇਖ ਲਓ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਭਾਵਾਂ ਨੂੰ ਆਪਾਂ ਇਹੋ ਚੀਜ਼ ਦਿਖਾਵਾਂਗੇ ਤਸਲੀਨਾ ਮੈਂ ਕੈਮਰਾ ਕੁਮਾਰਿਆਂ ਭਾਵਾਂ ਨੂੰ ਬਾਰ-ਬਾਰ ਦਿਖਾ ਰਹੇ ਹਾਂ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਇਹੋ ਚੀਜ਼ ਮਿਲੇਗੀ ਆ ਦੇਖੋ ਦੋਸਤੋ ਬੜੀ ਅੱਛੀ ਦੋਸਤੋ ਬੜੀ ਬਿਹਤਰੀਨ ਇਹ ਜ਼ਮੀਨ ਇਹ ਪਟੋਲ ਪੰਪ ਇਟ ਵਾਡੇ ਪ੍ਰਮਾਣ ਦੇ ਸਾਹਮਣੇ ਲਿੰਕ ਰੋਡ ਦੇ ਉੱਪਰ ਆ ਵੇਖੋ ਮੈਨ ਰੋਡ ਤੋਂ ਸਿਰਫ 4 ਕਿਲੋਮੀਟਰ ਤੇ ਦੋਸਤੋ ਇਨਸ਼ਾਅੱਲਾ ਤਾਲਾ ਮਿਲਾਂਗੇ ਅਗਲੀ ਵੀਡੀਓ ਤੇ ਖੁਦਾ ਹਾਫਿਜ਼